एक मिनट, थोड़े बार बार धक्का मारन नाले दरवाजा टूट जाएगा। ऐना हो के दरवाजा खुलन तो पहले ही छत साडे सर से आ जाए। अच्छा फिर की करिए? सानू पूरा जोर एक ही धक्के लाना पड़ेगा। देख के लगता नहीं तेरे च इन्नी पावर होगी। गलत के खिलाफ लड़न विच मां काली आपे ताकत देंदी है। जब मां काली करे मेर हो जाए मुसीबत ढेर। इन्हां दोवां ने रल के कुंडा तोड़ दिता। उस्ताद जी ये दोनों मैनू आम इंसान नहीं लगते। ये तो ऐदा कुंडा तोड़ के भजे ना जिदा भगवान शिव ते माता सती राजा दक्ष दे घरों भगावत करके निकले। फटाफट कर जानी नहीं तो पापा नू पता लग जाना है। शिविका वेट, तेरा अद्धी रात नू कल्ले जाना सेफ नहीं है। मैं तेनू ड्रॉप कर देना। डॉक्टर निशान सेफ तो मेरा इस वेले तुहाडे नाल जाना भी नहीं है। जे सानू किसी ने अद्धी राती वेख लिया तो वैसी बदनामी हो जानी है। तुसी जाओ ते मैं चली जावांगी। पर कल्ले? कल्ली कित्थे आ मैं? मेरी मां काली है ना मेरे नाल। काली फटाफट घर पहुंच जावा ते पापा सो रहे हो। शुक्र है मां काली तुसी मैनू ठीक ठाक घर पहुंचा दिता। पर मैनू ऐदा क्यों लग रहा जिदा डॉक्टर ईशान तेनू इस हालत विच कल्ला नहीं छड़ सकता। शिविका मैनू पता है लोकी कल्ला बनाएंगे पर सिर्फ इस डर तो मैं तेनू कल्ला नहीं छड़ सकता। फोन की तो हो सकते
ਤੇ ਜਿਉਂ ਮੈਂ ਫੋਨ ਕੀਤਾ ਉਹਦਾ ਮਕਸਦ ਕੀ ਸੀ? ਜੇ ਵਾਕਈ ਇਹ ਕਿਰਪਾਲ ਦਾ ਕੀਤਾ ਕਰਾਇਆ ਤਾਂ ਉਹ ਸਾਡੇ ਖਿਲਾਫ਼ ਵੀ ਬਹੁਤ ਵੱਡੀ ਸਾਜ਼ਿਸ਼ ਰਚ ਰਿਹਾ। ਸਾਜ਼ਿਸ਼ ਤਾਂ ਰਚ ਹੀ ਰਿਹਾ ਤੇ ਉਹ ਇਕੱਲੇ ਮੈਨੂੰ ਨਹੀਂ ਬਲਕਿ ਸ਼ਿਵਿਕਾ ਨੂੰ ਵੀ ਨੁਕਸਾਨ ਪਹੁੰਚਾਉਣਾ ਚਾਹੁੰਦਾ ਤੇ ਜੋ ਕੋਈ ਵੀ ਹੈ ਉਹਦੀ ਚਾਲ ਸਕਸੈਸਫੁਲ ਹੋਣ ਤੋਂ ਪਹਿਲਾਂ ਆਈ ਹੈਵ ਟੂ ਐਕਸਪੋਜ਼ ਹਿਮ। ਮੈਂ ਚੰਗੀ ਤਰ੍ਹਾਂ ਜਾਣਦਾ ਅੱਜ ਜੋ ਹੋਇਆ ਤਾਂ ਉਸ ਤੋਂ ਬਾਅਦ ਮੈਨੂੰ ਅਰੈਸਟ ਕਰਵਾਉਣ ਵਾਸਤੇ ਤੜਫ ਰਿਹਾ ਹੋਣਾ। ਮੈਨੂੰ ਕੱਲ੍ਹ ਸਵੇਰੇ ਹੀ ਉਹ ਪੁਰਾਣੇ ਮੈਡੀਕਲ ਸਕੈਮ ਦੇ ਰਿਕਾਰਡ 'ਤੇ ਕੰਮ ਕਰਨਾ ਪਏਗਾ। ਪਰ ਤੂੰ ਗਲਤ ਜਗ੍ਹਾ ਪੰਗਾ ਲੈ ਲਿਆ ਡਾਕਟਰਾ। ਤੇਰੇ ਮੈਨੂੰ ਅਰੈਸਟ ਕਰਾਉਣ ਤੋਂ ਪਹਿਲਾਂ ਹੀ ਮੈਂ ਤੈਨੂੰ ਪਿੰਡ ਤੋਂ ਟਾਟਾ ਬਾਹਰ ਪੈਕ ਕਰਾ ਦੇਣੀ ਕਿਉਂਕਿ ਇਸ ਵਾਰ ਮੇਰਾ ਵਾਰ ਖਾਲੀ ਨਹੀਂ ਜਾਏਗਾ। ਮੰਮੀ ਮੈਂ ਆਰਤੀ ਲਈ ਮਾਂ ਕਾਲੀ ਮੰਦਿਰ ਜਾ ਰਹੀ ਹਾਂ। ਜਾ ਪੁੱਤਰ, ਕਿਤੇ ਵੀ ਜਾਣ ਦੀ ਲੋੜ ਨਹੀਂ ਹੈ। ਰਿਸ਼ੀ, ਇਹਨੂੰ ਮੰਦਿਰ ਜਾਣ ਤੋਂ ਕਿਉਂ ਰੋਕ ਰਹੇ ਹੈ? ਹੁਣ ਇਹ ਜੋ ਕਰਨਾ ਚਾਹੁੰਦੀ ਹੈ, ਜਿੱਥੇ ਜਾਣਾ ਚਾਹੁੰਦੀ ਹੈ, ਆਪਣੇ ਘਰੋਂ ਜਾਏਗੀ। ਘਰ ਮਤਲਬ? ਲੈ ਛੱਡਦਾ, ਇਹਦੇ ਚ ਪਿੰਨੀਆਂ, ਛੋਲੇ ਤੇ ਮਿਠਾਈਆਂ ਨੇ। ਇਹ ਕੀ ਇੰਨਾ ਸਾਰਾ ਸਮਾਨ, ਉਹ ਵੀ ਨਾਸ਼ਤੇ ਲਈ? ਕੋਈ ਮਹਿਮਾਨ ਆ ਰਿਹਾ ਹੈ ਕਿ? ਮਹਿਮਾਨ ਹੀ ਸਮਝ, ਸ਼ਿਵਿਕਾ ਨੂੰ ਦੇਖ ਲਈ ਮੁੰਡੇ ਵਾਲੇ ਆ ਰਹੇ ਨੇ। ਮੁੰਡੇ ਵਾਲੇ? ਹਾਂ। ਅਚਾਨਕ ਏਦਾਂ? ਓਏ ਰਿਸ਼ੀ, ਮੈਂ ਇਸ ਘਰ 'ਚ ਵੱਡਾ ਹਾਂ, ਮੇਰੀ ਕੋਈ ਅਹਿਮੀਅਤ ਹੈ ਕਿ ਨਹੀਂ ਹੈ? ਇੰਨੇ ਵੱਡੇ ਕੰਮ ਤੋਂ ਪਹਿਲਾਂ ਕੁਛ ਪੁੱਛਣਾ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ? ਬਹੁ ਜੀ, ਜੇ ਪੁੱਛਣ ਕਰਨ 'ਚ ਟਾਈਮ ਖਰਾਬ ਕਰਾਂਗਾ ਨਾ, ਇਹਨੇ ਥੋੜ੍ਹੇ ਦਿਨਾਂ 'ਚ ਕੋਈ ਨਾ ਕੋਈ ਨਿਆਂ ਚੰਨ ਚਾੜ ਦੇਣਾ। ਇਸ ਲਈ ਤਾਂ ਛੇਤੀ ਵਿਆਹ ਕਰਕੇ ਇਹਨੂੰ ਇੱਥੋਂ ਕੱਢਣ 'ਚ ਹੀ ਭਲਾਈ ਹੈ। ਇਹ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਸ਼ਿਵਿਕਾ ਤੁਹਾਡੀ ਧੀ ਹੈ, ਕੋਈ ਡੰਗਰ ਵੱਛਾ ਨਹੀਂ ਜਿਹੜਾ ਉੱਧਰੋਂ ਖੋਲਿਆ ਇੱਧਰ ਬੰਨ ਦਿੱਤਾ। ਮੈਂ ਕਿਹੜਾ ਡੰਗਰ ਲੱਭਿਆ ਉਹਦੇ ਲਈ, ਉਹ ਮੁੰਡਾ ਹੀ ਤਾਂ ਲੱਭਿਆ। ਫਿਰ ਮੇਰੀ ਜਾਣ ਪਛਾਣ ਪੁਰਾਣੀ ਹੈ, ਦਾਜ ਵੀ ਨਹੀਂ ਲੈਣਗੇ। ਇੰਨੇ ਸਾਲਾਂ 'ਚ ਇਹਨੇ ਕਿਹੜਾ ਕਦੇ ਕੋਈ ਸੁੱਖ ਦਿੱਤਾ? ਉਹ ਘੱਟੋ ਘੱਟ ਬਾਹਰਲਿਆਂ ਸਾਹਮਣੇ ਮੈਨੂੰ ਸ਼ਰਮਿੰਦਾ ਨਾ ਕਰੀ, ਛੇਤੀ ਤਿਆਰ ਹੋ ਕੇ ਆ ਜਾ। ਮੈਂ ਬਾਕੀ ਦੇ ਕੰਮ ਦੇਖਦਾ, ਮੁੰਡੇ ਵਾਲੇ ਆਉਂਦੇ ਹੋਣਗੇ। ਮੈਨੂੰ ਤਾਂ ਇੰਜ ਲੱਗਦਾ ਜਿੱਦਾਂ ਸ਼ਿਵਕਾ ਦੇ ਰਿਸ਼ਤੇ ਲਈ ਮੁੰਡੇ ਵਾਲੇ ਆ ਰਹੇ ਆ। ਵਾਹ, ਮੈਨੂੰ ਲੱਗਦਾ ਸ਼ਿਵਿਕਾ ਦੀ ਡੋਲੀ ਤੋਰਨ ਦੀ ਤਿਆਰੀ ਕਰ ਰਹੇ ਨੇ ਸ਼ਰਮਾ ਜੀ। ਫਿਰ ਤਾਂ ਇਸ ਮੌਕੇ 'ਤੇ ਉਹਨਾਂ ਨੂੰ ਸਾਡਾ ਵੀ ਤੋਹਫਾ ਦੇਣਾ ਬਣਦਾ ਹੈ। ਉਹਨਾਂ ਨੂੰ ਇਸ ਵਾਰ ਅਜਿਹਾ ਤੋਹਫਾ ਦੇਵਾਂਗੇ, ਉਹ ਸਾਰੀ ਉਮਰ ਛੇਤੀ ਕਰਨਗੇ।